गल कैनेडा की करन जा रहे हैं। बहुत सारे स्टूडेंट्स ने लगातार जो सवाल कैनेडा नू लैके बहुत ज़्यादा इसलिए रहिंदे ने क्योंकि पहली पसंद साडे स्टूडेंट्स की कैनेडा ही हुंदी है। तो तुहानू दस दईए कि चंगी रेशो दे विच वीज़ा भी लग के आ रहे हैं तो स्टूडेंट्स अगों अपलाई करन बारे जिहड़े सोच रहे ने। असी जन इनटेक की गल करदे आ, मेन इनटेक की गल कर रहे हैं तो मेन इनटेक भी जो है फुल हुंदा लगातार नज़र आ रहा है। इस तों अंदाज़ा लग सकदा है कि चाहे कि बहुत सारिया खबर अजिहियां जिस विच सवाल बहुत ने पर फाइलिंग उसे तरह हो रही है, प्रोसैस भी उसे तरह हो रहे हैं कि कुछ चेंजेस आए ने। इस बारे तुहानू डिटेल विच गल्लां अज सांझियां करांगे। स्वागत है जी सारयां दा, मैं हाँ हरजोत कौर और कैनेडा स्टडी वीज़ा नू लैके, कैनेडा स्टडी वीज़ा दे प्रोसैस नू लैके हर एक गल तुहाडे नाल सांझी करनगे नैविगेटर्स ओवरसीज सो वीज़ा एक्सपर्ट मिसिज वीना गोयल मैम साडे नाल ने। बहुत बहुत स्वागत है मैम, सत श्री अकाल। सत श्री अकाल, नमस्कार सारयां नू जी। सो मैम, मैं जिवें कि पहलां भी जिक्र करदी हां कि तुसीं अपने इस एक्सपीरियंस दे विच 26-27 सालां दे एक्सपीरियंस दे विच जो है बहुत कुछ बदलदा देखिया बहुत सारी कंट्रीज अज कैनेडा की जी स्थिति है उस हूँ मैं प्रोसीजर बारे गल जरूर क्लीयर करो, स्टूडेंट्स भी जरूर जानना चाहते हैं। पहला तो वीज़ा किस तरह ना लग के आ रहे हैं, फाइलिंग का प्रोसैस किन्नी तेज़ी नाल या थोड़ा लगता है कि तेज़ी विच थोड़ी कित रुकावट आई है, स्टूडेंट्स नू केड़ियां गल्लां नू अपने माइंड विच रखदिया होया अगों लई डिसीजन लैने चाहिए ने। हरजोत जी, मैं शायद हर वीडियो च यही कह रही हाँ, जब बड़े न्यूज़ लगियां, मेरे ख्याल न्यूज़ भी हूँ ਖਤਮ ਜੀ ਹੋ ਗਈਆਂ, ਮੈਂ ਉਸ ਟਾਈਮ ਵੀ ਇਹੀ ਕਿਹਾ ਸੀਗਾ ਇਹ ਬਹੁਤ ਛੋਟੇ ਟਾਈਮ ਵਾਸਤੇ ਨਿਊਜ਼ ਹੁੰਦੀਆਂ, ਕੋਈ ਲੰਬਾ ਟਾਈਮ ਨਹੀਂ ਹੁੰਦੀਆਂ। ਬੱਚਿਆਂ ਨੇ ਕਿਹਾ ਅਨਇੰਪਲਾਈਮੈਂਟ ਹੈ, ਇਹ ਹੈ, ਉਹ ਹੈ। ਜਦ ਤੁਸੀਂ ਇੱਕੋ ਜਗ੍ਹਾ ਜਾਓਗੇ, ਜਾਂ ਤੁਸੀਂ ਜਾਓਗੇ ਖਾਲੀ ਟੋਰੰਟੋ ਜਾਣਾ ਹੈ, ਖਾਲੀ ਵੈਨਕੂਵਰ ਜਾਣਾ, ਤਾਂ ਇਹ ਪ੍ਰੋਬਲਮ ਮਿਲੇਗੀ ਕਿਉਂਕਿ ਜ਼ਿਆਦਾ ਆਬਾਦੀ ਉੱਥੇ ਪਹੁੰਚ ਰਹੀ ਹੈ। ਜਦ ਉੱਥੇ ਪਹੁੰਚਣ ਤੋਂ ਨੈਚੁਰਲ ਹੈ ਜਿਹੜੇ ਜੋਬਸ ਆ ਉਹ ਲਿਮਿਟਿਡ ਬੰਦਿਆਂ ਵਾਸਤੇ, ਔਰ ਹਰ ਬੰਦਾ ਉੱਥੇ ਪਹੁੰਚ ਰਿਹਾ। ਤੁਸੀਂ ਇੱਕ ਕਦੇ ਵੀ ਜਿਹੜਾ ਰੀਜਨਲ ਪ੍ਰੋਗਰਾਮ ਨੂੰ ਅਡੋਪਟ ਕਰੋ, ਤੁਸੀਂ ਰੂਰਲ ਏਰੀਆ ਦੇ ਵਿੱਚ ਜਾਣਾ ਸ਼ੁਰੂ ਕਰੋ। ਰੂਰਲ ਏਰੀਆ ਦਾ ਮਤਲਬ ਇਹ ਨਹੀਂ ਕਿ ਪਿੰਡ 'ਚ ਪਹੁੰਚ ਗਏ ਆਪਾਂ, ਦੇ ਡੂ ਹੈਵ ਵੈਰੀ ਗੁੱਡ ਬਿਊਟੀਫੁਲ ਸਿਟੀਜ਼, ਸਮਾਲ ਸਿਟੀਜ਼, ਔਰ ਜਿੱਥੇ ਜੋਬ ਆਪਸ਼ਨਸ ਬਹੁਤ ਜ਼ਿਆਦਾ ਹੈ ਕਿਉਂਕਿ ਤੁਸੀਂ ਉਸ ਸਿਟੀ ਨੂੰ ਮੀਨਸ ਅਡੋਪਟ ਕਰ ਰਹੇ ਹੋ, ਤੁਸੀਂ ਐਕਸੈਪਟ ਕਰ ਰਹੇ ਹੋ। ਬਹੁਤ ਸਾਰੇ ਬੱਚੇ ਨਹੀਂ ਕਰ ਰਹੇ, ਤਾਂ ਤੁਸੀਂ ਭੀੜ ਦਾ ਹਿੱਸਾ ਨਹੀਂ ਬਣ ਰਹੇ। ਤੁਸੀਂ ਇੱਕ ਜਗ੍ਹਾ ਜਾ ਰਹੇ ਹੋ ਜਿੱਥੇ ਆਪਣਾ ਜਗ੍ਹਾ ਆਪ ਬਣਾ ਸਕ ਰਹੇ ਹੋ, ਕਾਮਯਾਬ ਹੋ। ਬਹੁਤ ਜਲਦੀ ਤੁਹਾਨੂੰ ਤੁਸੀਂ ਮੇਰਾ ਜਿਹੜਾ ਕਹਿਣਾ ਕਿ ਜਾਣਦੇ ਸਾਰ ਹੀ ਤੁਸੀਂ ਜੋਬ 'ਤੇ ਕਰਨ ਨਹੀਂ ਜਾ ਰਹੇ, ਤੁਸੀਂ ਪਹਿਲੇ ਕੋਲੇਜ ਜਾਓਗੇ, ਆਪਣੀ ਐਨਰੋਲਮੈਂਟ ਕਰਾਓਗੇ, ਕੁਛ ਫਰੈਂਡਸ ਬਣਾਓਗੇ, ਕੁਛ ਨੈਟਵਰਕ ਬਣਾਓਗੇ, ਫਿਰ ਤੁਸੀਂ ਜੋਬ ਲੱਭੋਗੇ। ਪ੍ਰੋਸੀਜਰ ਇਹ ਹੁੰਦਾ ਹੈ। ਹਰਜੋਤ, ਕੋਈ ਵੀ ਬੱਚਾ ਕਿਸੇ ਵੀ ਕੰਟਰੀ 'ਚ ਜਾ ਰਿਹਾ, ਬੜੀ ਜ਼ਰੂਰੀ ਚੀਜ਼ ਹੈ ਕਿ ਬੱਚੇ ਨੂੰ ਇੰਗਲਿਸ਼ ਸਪੀਕਿੰਗ ਵਧੀਆ ਆਉਣੀ ਚਾਹੀਦੀ। ਮੰਨ ਲਓ ਆਇਲਸ ਦੇ ਬੈਂਡ ਵੀ ਅੱਛੇ ਆ ਗਏ, PT ਵੀ ਆ ਗਈ, ਉਹਦਾ ਜੋ ਵੀ ਹੈ ਉਹਦੀ ਜੋ ਰਿਕੁਆਇਰਮੈਂਟ ਆ ਫੁੱਲਫਿਲ ਕਰਤੀ ਉਹਨੇ। ਲੇਕਿਨ ਜਦ ਬੱਚਾ ਉੱਥੇ ਲੋਕਲ ਕਮਿਊਨਿਟੀ ਵਿੱਚ ਜਾਂਦਾ ਤਾਂ ਉਹਦੀ ਫਲੂਐਂਸੀ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਜਦ ਤੱਕ ਫਾਈਲ ਲੱਗ ਰਹੀ ਹੈ, ਤੁਸੀਂ ਕੋਰਸ ਦੀ ਚੋਣ ਕਰ ਰਹੇ ਹੋ, ਤੁਹਾਨੂੰ ਆਫਰ ਲੈਟਰ ਆ ਰਹੀ ਹੈ, ਉਸ ਟਾਈਮ ਮੇਰੀ ਇਹ ਜ਼ਰੂਰ ਬੱਚਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਲੋਕਲ ਇੰਗਲਿਸ਼ ਦਾ ਟੀਚਰ ਲੱਭ ਕੇ ਜਾਂ ਫਿਰ ਗੂਗਲ ਦੀ ਹੈਲਪ ਦੇ ਨਾਲ, ਅੱਜ ਕੱਲ੍ਹ ਟਰਾਂਸਲੇਟਰ ਬੜੇ ਆ, ਅੱਜ ਕੱਲ੍ਹ ਜਿਹੜੇ ਇੰਗਲਿਸ਼ ਸਿਖਾਉਂਦੇ ਆ ਔਨਲਾਈਨ, ਉਹ ਬਹੁਤ ਚੀਜ਼ਾਂ ਆ ਤੁਸੀਂ ਇੰਗਲਿਸ਼ ਦੀ ਜਿਹੜੀ ਹੈ, ਕਿਉਂਕਿ ਫਸਟ ਪਲੈਟਫਾਰਮ ਲੈਂਗੁਏਜ ਹੈ ਜਿਹੜੀ ਤੁਹਾਨੂੰ ਹੈਲਪ ਕਰ ਰਹੀ ਹੈ, ਤੁਸੀਂ ਆਪਣੀ ਉਹਦੇ ਵਿੱਚ ਮਹਾਰਤ ਹਾਸਿਲ ਕਰੋ ਬੋਲਣ ਦੇ ਵਿੱਚ। ਜੀ ਜੀ ਬਿਲਕੁਲ। ਸੈਕਿੰਡ, ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸ ਕਰੋ। ਥਰਡ, ਤੁਸੀਂ ਕੰਪਿਊਟਰ ਵਧੀਆ ਸਿੱਖੋ, ਅਸਾਈਨਮੈਂਟਸ ਟੋਟਲ ਕੰਪਿਊਟਰਸ ਦੇ ਨਾਲ ਹੀ ਹੋਣੀ ਹੈ, ਔਰ ਜੇ ਜੋਬ ਵੀ ਕਰਨੀ ਹੈ ਉੱਥੇ ਕੰਪਿਊਟਰ ਵੀ ਚਾਹੀਦਾ, ਇੰਗਲਿਸ਼ ਵੀ ਚਾਹੀਦੀ ਹੈ। ਜੇ ਇਹ ਚੀਜ਼ਾਂ ਤੁਸੀਂ ਕਰ ਲਈ, ਤੁਸੀਂ ਪ੍ਰੋਗਰਾਮ ਅੱਛਾ ਲਓ, ਉਹ ਅਸੀਂ ਹੈਲਪ ਕਰਾਂਗੇ। ਸਪਲਾਈ ਚੇਨ ਮੈਨੇਜਮੈਂਟ ਲਓ, ਕਾਮਰਸ ਵਾਲੇ ਬੱਚੇ, ਮੈਂ ਖਾਲੀ ਇਹ ਕਹਿ ਰਹੀ ਹਾਂ ਅਤੇ ਖਾਲੀ ਕੋਈ ਪ੍ਰੋਗਰਾਮ ਨਹੀਂ ਲੈਣਾ, ਇਗਜ਼ਾਮਪਲ ਦੇ ਰਹੀ ਹਾਂ। ਇੱਦਾਂ ਦੇ ਅਸੀਂ 10 ਪ੍ਰੋਗਰਾਮ ਤੁਹਾਨੂੰ ਲੱਭ ਕੇ ਦੇਵਾਂਗੇ, ਠੀਕ ਹੈ। ਉਹਦੇ ਬਾਅਦ ਹੈਲਥ ਵਾਲੇ ਬੱਚੇ, ਨਰਸਿੰਗ ਲਓ, ਹੈਲਥ ਵਾਲਾ ਲਓ, ਸੋਸ਼ਲ ਵਰਕ ਲਓ, ਜਿਹਦਾ ਵਿੱਚ ਜੋਬ ਚਾਂਸਿਸ ਬਹੁਤ ਜ਼ਿਆਦਾ ਹੈ, ਠੀਕ ਹੈ। ਫਿਰ ਉਹਦੇ ਬਾਅਦ ਤੁਸੀਂ ਇੰਜੀਨੀਅਰਿੰਗ ਵਾਲੇ ਬੱਚੇ ਹੋ, ਸਾਈਬਰ ਸਿਕਿਉਰਿਟੀ ਲਓ, IT ਦਾ ਅੱਛਾ ਪ੍ਰੋਗਰਾਮ ਲਓ। IT ਦੇ ਉੱਤੇ ਅੱਜ ਕੱਲ੍ਹ ਬਹੁਤ ਆ ਗਏ ਆ, ਕਲਾਊਡ ਕੰਪਿਊਟਿੰਗ ਹੈ, ਡੇਟਾ ਅਨਾਲਿਸਿਸ ਹੈ। ਇੰਜੀਨੀਅਰਿੰਗ ਦੇ ਨੋਨ ਮੈਡੀਕਲ ਵਾਲੇ ਬੱਚਿਆਂ ਵਾਸਤੇ ਇੰਜੀਨੀਅਰਿੰਗ ਤੋਂ ਰਿਲੇਟਿਡ ਉਹ ਬਹੁਤ ਪ੍ਰੋਗਰਾਮ ਮਿਲਣਗੇ, ਸਿਵਿਲ ਇੰਜੀਨੀਅਰਿੰਗ ਤੋਂ ਰਿਲੇਟਿਡ। ਇਲੈਕਟ੍ਰੀਕਲ ਵਾਲਿਆਂ ਦੇ ਤਾਂ ਬਹੁਤ ਹੀ ਅੱਛੇ ਪ੍ਰੋਗਰਾਮ ਹੈ, ਉਹ ਤਾਂ IT ਵਿੱਚ ਵੀ ਜਾ ਸਕਦੇ ਆ, ਇਲੈਕਟ੍ਰੀਕਲ ਦੇ ਰਿਲੇਟਿਡ ਵੀ ਜਾ ਸਕਦੇ ਆ ਜੀ, ਕਿਉਂਕਿ ਰੋਬੋਟਿਕਸ ਦੇ ਪ੍ਰੋਗਰਾਮ ਹੈ, ਰੋਬੋਟਿਕਸ ਦਾ ਇਲੈਕਟ੍ਰੀਕਲ ਵੀ ਕਵਰ ਕਰੇਗਾ, ਤੁਹਾਡਾ ਕੰਪਿਊਟਰ ਦਾ ਵੀ ਕਵਰ ਕਰੇਗਾ।
ਤੇ ਇੰਨੇ ਅੱਛੇ ਅੱਛੇ ਪ੍ਰੋਗਰਾਮ ਹੈ ਜਿਹੜੀ ਵੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਉਹ ਫੋਰ ਐਗਜ਼ਾਮਪਲ ਗੱਲ ਕਰ ਰਹੇ ਹਾਂ ਕਿਉਂਕਿ ਜਦ ਬੱਚੇ ਦਾ ਪ੍ਰੋਫਾਈਲ ਆਉਂਦਾ ਫਿਰ ਅਸੀਂ ਦੇਖਦੇ ਹਾਂ ਫਿਜ਼ਿਕਸ 'ਚ ਮਾਰਕਸ ਜ਼ਿਆਦਾ ਕੈਮਿਸਟਰੀ ਵਿੱਚ ਜ਼ਿਆਦਾ ਜਾਂ ਮੈਥ ਵਿੱਚ ਜ਼ਿਆਦਾ ਉਹਦੇ ਹਿਸਾਬ ਨਾਲ ਲੱਗੇ ਅਸੀਂ ਪ੍ਰੋਗਰਾਮ ਦੀ ਚੋਣ ਕਰਦੇ ਹਾਂ ਬਾਇਓ 'ਚ ਜ਼ਿਆਦਾ ਤਾਂ ਉਹਦੇ ਹਿਸਾਬ ਨਾਲ ਚੋਣ ਹੋਏਗੀ ਬਿਜ਼ਨਸ 'ਚ ਕਿਹੜੇ ਅਕਾਊਂਟਿੰਗ ਦੇ ਵਿੱਚ ਜ਼ਿਆਦਾ ਜਾਂ ਉਹਦਾ ਮੈਨੇਜਮੈਂਟ 'ਚ ਜ਼ਿਆਦਾ ਉਹਦੇ ਹਿਸਾਬ ਨਾਲ ਚੋਣ ਹੋਏਗੀ ਔਰ ਫਿਰ ਰੀਜ਼ਨ ਦੀ ਕਿਹੜੇ ਰੀਜ਼ਨ 'ਚ ਇਹ ਪ੍ਰੋਗਰਾਮ ਜ਼ਿਆਦਾ ਚੱਲਣਾ ਹੋ ਸਕਦਾ ਕਿਸੇ ਏਰੀਆ ਦੇ ਵਿੱਚ ਜਿਹੜਾ ਪੈਟਰੋਲੀਅਮ ਅਲਬਰਟਾ ਆਪਾਂ ਕਹੀਏ ਪੈਟਰੋਲੀਅਮ ਇੰਜੀਨੀਅਰਿੰਗ ਦੇ ਕੋਰਸਿਸ ਬਹੁਤ ਅੱਛੇ ਮਿਲ ਜਾਣਗੇ ਹੈ ਨਾ ਕਿਸੇ ਏਰੀਆ 'ਚ ਆਪਾਂ ਦੇਖਦੇ ਹਾਂ ਕਿ ਉੱਥੇ ਐਗਰੀਕਲਚਰ ਦੇ ਬਹੁਤ ਅੱਛੇ ਪ੍ਰੋਗਰਾਮ ਹੈ ਇਹ ਸਾਰੇ ਏਰੀਆ ਬੱਚੇ ਦਾ ਪ੍ਰੋਫਾਈਲ ਇਹ ਸਾਰੀ ਚੀਜ਼ਾਂ ਦੇਖ ਕੇ ਪ੍ਰੋਗਰਾਮ ਦੀ ਚੋਣ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਬੱਚੇ ਨੂੰ ਕਦੀ ਮੇਰੇ ਕਿਸੇ ਸਿੰਗਲ ਬੱਚੇ ਨੂੰ ਨਾ ਜੋਬ ਦੀ ਪ੍ਰੋਬਲਮ ਆਈ ਨਾ PR 'ਚ ਪ੍ਰੋਬਲਮ ਆਈ ਕਿਉਂਕਿ ਜੇ ਕੰਸਲਟੈਂਟ ਵਧੀਆ ਹੋਏ ਗਾਈਡ ਕਰਨ ਵਾਲਾ ਮੇਰਾ ਜਿਹੜਾ 26 ਸਾਲ ਦਾ ਤਜ਼ਰਬਾ ਉਹ ਮੈਂ ਬੱਚਿਆਂ ਨੂੰ ਦਿੰਦੀ ਹਾਂ ਉਹਦੇ ਬਾਅਦ ਸਟੂਡੈਂਟ ਦੇ ਉੱਪਰ ਡਿਪੈਂਡ ਕਰਦਾ ਕਿ ਉਹਨੂੰ ਇੰਪਲੀਮੈਂਟ ਕਿੱਦਾਂ ਕਰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਸਟੂਡੈਂਟਸ ਨੂੰ ਵਾਕਈ ਇੱਕ ਚੰਗੇ ਕੰਸਲਟੈਂਟ ਦੀ ਚੋਣ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਢੇਰ ਸਾਰੀ ਆਪਸ਼ਨਸ ਤੁਹਾਨੂੰ ਪਤਾ ਹੋਣ ਔਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਰੈਲੀਵੈਂਟ ਆਪਸ਼ਨਸ ਤੁਹਾਨੂੰ ਪਤਾ ਹੋਣ ਤਾਂ ਕਿ ਅੱਗੋਂ ਜਾ ਕੇ ਤੁਹਾਨੂੰ ਕਿਸੇ ਵੀ ਕੰਮ ਨੂੰ ਲੈ ਕੇ ਜਾਂ PR ਨੂੰ ਲੈ ਕੇ ਕੋਈ ਦਿੱਕਤ ਨਾ ਆਵੇ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਕਾਫੀ ਕੁਝ ਸਮਝਿਆ ਹੋਏਗਾ ਸਾਡੀ ਵੀਡੀਓਜ਼ ਲੈ ਕੇ ਆਉਣ ਦਾ ਮਕਸਦ ਇਹੀ ਹੁੰਦਾ ਕਿ ਸਟੂਡੈਂਟ ਅਵੇਅਰ ਹੋਵੇ ਚਾਹੇ ਕਿਸੇ ਵੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਸਹੀ ਢੰਗ ਕੀ ਹੈ ਔਰ ਕਿਹੜੀ ਆਪਸ਼ਨਸ ਦੇ ਨਾਲ ਤੁਹਾਨੂੰ ਅੱਗੇ ਵਧਣਾ ਚਾਹੀਦਾ ਸੋ ਕੋਈ ਸਵਾਲ ਹੈ ਕੋਈ ਡਾਊਟ ਹੈ ਨੰਬਰ ਜਿਹੜਾ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਸ ਓਵਰਸੀਜ਼ ਦੀ ਟੀਮ ਦੇ ਨਾਲ ਜੁੜ ਸਕਦੇ ਹੋ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਜ਼ਰੂਰ ਨੈਵੀਗੇਟਰ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰ ਸਕਣ ਮੈਮ ਔਰ ਤੁਹਾਨੂੰ ਦੱਸ ਸਕਣ ਕਿ ਕਿਹੜਾ ਰਸਤਾ ਜਿਹੜਾ ਤੁਹਾਡੇ ਫਿਊਚਰ ਦੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਢੇਰ ਸਾਰੀਆਂ ਚੰਗੀਆਂ ਗੱਲਾਂ ਚੰਗੀ ਜਾਣਕਾਰੀ ਜੋ ਹੈ ਅੱਜ ਇੱਕ ਵਾਰ ਫਿਰ ਤੋਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ